ਬਲਜਿੰਦਰ ਸਿੰਘ ਬੱਜੂਮਾਨ ਨੂੰ ਮੈਂਬਰ ਜਨਰਲ ਕੌਂਸਲ ਬਣਤੇ ਅਲੀਵਾਲ ਸਰਕਲ ਵੱਲੋਂ ਕੌਮੀ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ ਦੀ ਅਗਵਾਈ ਹੇਠ ਸਮੂਹ ਅਕਾਲੀ ਦਲ ਦੇ ਸੀਨੀਅਰ ਵਰਕਰਾਂ ਨੇ ਅਲੀਵਾਲ ਵਿੱਚ ਬਲਜਿੰਦਰ ਸਿੰਘ ਪੰਨੂ ਦਾ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਸੀਨੀਅਰ ਵਰਕਰਾਂ ਨੇ ਹਾਜ਼ਰੀ ਭਰੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਜਿੰਦਰ ਸਿੰਘ ਬੱਜੂਮਾਨ ਅਤੇ ਗੁਰਵਿੰਦਰ ਸਿੰਘ ਪੰਨੂ ਨੇ ਹਾਈ ਕਮਾਂਡ ਅਤੇ ਲਖਬੀਰ ਸਿੰਘ ਲੋਧੀ ਨੰਗਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਮਾਝਾ ਲਾਈਵ ਟੀਵੀ ਲਈ ਗੁਰਦਾਸਪੁਰ ਤੋਂ ਕਮਲਜੀਤ ਕਮਲ ਦੀ ਰਿਪੋਰਟ। ਪਹਿਲਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਯੂਥ ਦੇ ਸਰਪ੍ਰਸਤ ਵਿਕਰਮ ਸਿੰਘ ਜੀ ਮਜੀਠੀਆ, ਜਿਨ੍ਹਾਂ ਨੇ ਮੈਨੂੰ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ। ਮੈਂ ਇਸ ਅਹੁਦੇਦਾਰੀ ਤੋਂ ਬਿਲਕੁਲ ਖੁਸ਼ ਹਾਂ। ਮੈਂ ਅੱਜ ਤੋਂ ਮੰਨ ਲਓ ਹੋਰ ਜ਼ਿਆਦਾ ਪਾਰਟੀ ਦੀ ਕੰਮ ਕਰਾਂਗਾ ਅਤੇ ਸਰਦਾਰ ਲਖਬੀਰ ਸਿੰਘ ਲੋਧੀ ਨਗਲ ਦਾ ਵੀ ਧੰਨਵਾਦ ਕਰਦਾ ਹਾਂ। ਮਤਲਬ ਉਹਨਾਂ ਦੀ ਚੋਣ ਦੇ ਵਿੱਚ ਅੱਗੇ ਵੀ ਆਪਾਂ ਬਹੁਤ ਕੰਮ ਕਰਦੇ ਪਾਰਟੀ ਦੀ, ਹੁਣ ਵੀ ਹੋਰ ਜ਼ਿਆਦਾ ਉਤਸ਼ਾਹ ਕਰਾਂਗੇ, ਕਿਉਂਕਿ ਮੇਰੇ ਨਾਲ ਸਾਰੇ ਮੇਰੇ ਸਾਥੀ ਵਰਕਰ ਨੇ, ਸਰਪੰਚ ਸਰਪੰਚ ਨੇ, ਪੰਨੂ ਸਾਹਿਬ ਨੇ, ਇਸ ਲਈ ਮੈਂ ਆਪਾਂ ਹੋਰ ਤਾਕਤ ਵੀ ਦਿੰਦਾ। ਹਾਂਜੀ ਪੰਨੂ ਸਾਹਿਬ, ਅੱਜ ਪੰਚ ਸਰਪੰਚ ਤੁਸੀਂ ਇਕੱਠੇ ਕੀਤੇ, ਇੱਥੇ ਮੀਟਿੰਗ ਹੋ ਰਹੀ ਆ, ਇਹਦੇ ਸੰਬੰਧ ਵਿੱਚ ਕੀ ਕਹਿਣਾ ਤੁਹਾਨੂੰ? ਦੇਖੋ ਅੱਜ ਦੀ ਜਿਹੜੀ ਮੀਟਿੰਗ ਵਾ, ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਵਿਕਰਮਜੀਤ ਸਿੰਘ ਮਜੀਠੀਆ ਅਤੇ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਦੇ ਯਤਨ ਸਦਕਾ ਇਹਨਾਂ ਨੂੰ ਮੈਂਬਰ ਜਨਰਲ ਕੌਂਸਲ ਦਾ ਅਹੁਦਾ ਦਿੱਤਾ, ਜੋ ਪਾਰਟੀ ਦੇ ਸਰਪੰਚ ਵਰਕਰਾਂ 'ਚ ਬਹੁਤ ਵੱਡਾ ਖੁਸ਼ੀ ਦੀ ਇੱਕ ਲਹਿਰ ਵਾ। ਅਤੇ ਇਹ ਸਾਰੇ ਸਾਥੀ ਅੱਜ ਇਹਨਾਂ ਨੂੰ ਸਨਮਾਨਿਤ ਕਰਨ ਵਾਸਤੇ, ਪਾਰਟੀ ਦਾ ਧੰਨਵਾਦ ਕਰਨ ਵਾਸਤੇ ਅੱਜ ਸਾਰੇ ਆਪਾਂ ਇੱਥੇ ਇਕੱਠੇ ਹੋਏ।